ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 5 ਮਈ 2023 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੀਕੇ ਐਮਸੀਕਯੂ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਤੇ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ हाल ही ਵਿੱਚ ਵਿਸ਼ਵ ਬੈਂਕ ਦੇ ਅਗਲੇ ਪ੍ਰਧਾਨ ਕੌਣ ਚੁਣੇ ਗਏ ਹਨ ਹਾਂਜੀ ਵਿਸ਼ਵ ਬੈਂਕ ਦੇ ਅਗਲੇ ਪ੍ਰਧਾਨ ਚੁਣੇ ਗਏ ਆ ਅਜੇ ਵੰਗਾ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਅਜੇ ਵੰਗਾ ਇਹੀ ਵਿਸ਼ਵ ਬੈਂਕ ਦੇ ਅਗਲੇ ਪ੍ਰਧਾਨ ਚੁਣੇ ਗਏ ਆ ਜਾਨੀ ਕਿ ਵਰਲਡ ਬੈਂਕ ਦੇ ਤੇ ਇਹ ਡੈਵਿਡ ਮਾਲਪਾਸ ਦੀ ਜਗ੍ਹਾ ਲੈਣਗੇ ਠੀਕ ਹੈ ਹੁਣ ਐਟ ਪ੍ਰੈਜ਼ੈਂਟ ਕੌਣ ਨੇ ਡੈਵਿਡ ਮਾਲਪਾਸ ਤੇ ਮਾਲ ਡੈਵਿਡ ਮਾਲਪਾਸ ਦੀ ਜਗ੍ਹਾ ਲੈਣਗੇ ਅਜੇ ਬੰਗਾ ਠੀਕ ਹੈ ਹੁਣ ਅਸੀਂ ਵਰਲਡ ਬੈਂਕ ਦੀ ਗੱਲ ਕੀਤੀ ਹੈ ਤਾਂ ਇਸ ਦੀ ਸਥਾਪਨਾ ਕਦੋਂ ਹੋਈ ਜੁਲਾਈ 1944 ਨੂੰ ਇਸ ਦਾ ਹੈੱਡਕੁਆਰਟਰ ਵਾਸ਼ਿੰਗਟਨ ਡੀਸੀ ਦੇ ਵਿੱਚ ਵਾਸ਼ਿੰਗਟਨ ਡੀਸੀ ਅਮਰੀਕਾ ਦੀ ਕੈਪੀਟਲ ਆ ਇਸ ਦੇ ਹੈੱਡ ਹੈਡ ਤਾਂ ਇਹੀ ਬਣ ਗਏ ਨੇ ਅਜੇ ਬੰਗਾ ਪਰ ਹਜੇ ਤੱਕ ਕਾਰਜਕਾਲ ਡੈਵਿਡ ਮਾਲਪਾਸ ਦਾ ਚੱਲ ਰਿਹਾ ਵਾ ਠੀਕ ਹੈ ਜੀ ਐਮਡੀ ਅਤੇ ਸੀਈਓ ਕੌਣ ਨੇ ਐਮਡੀ ਅਤੇ ਸੀਈਓ ਨੇ ਅੰਸ਼ੂਲ ਲਾਕਾਟ ਨੈਕਸਟ ਹੈ ਹਾਲ ਹੀ ਵਿੱਚ ਜਾਰੀ ਵਰਲਡ ਪ੍ਰੈਸ ਫਰੀडम ਇੰਡੈਕਸ ਵਿੱਚ ਭਾਰਤ ਦਾ ਸਥਾਨ ਕਿੰਨਾ ਰਿਹਾ ਹਾਂਜੀ ਰੀਸੈਂਟਲੀ ਵਰਲਡ ਪ੍ਰੈਸ ਫਰੀडम ਇੰਡੈਕਸ ਜਾਰੀ ਕੀਤਾ ਗਿਆ ਵਾ ਇਸ ਦੇ ਵਿੱਚ ਭਾਰਤ ਦਾ ਸਥਾਨ ਜਿਹੜਾ ਉਹ ਕਿੰਨਾ ਰਿਹਾ 166ਵਾਂ অপਸ਼ਨ A ਇਜ਼ ਦਾ ਰਾਈਟ ਆਨਸਰ ਲਾਸਟ ইয়ার ਦੀ ਜੇ ਗੱਲ ਕਰੀਏ ਜਾਨੀ ਕਿ ਪਿਛਲੇ ਸਾਲ 2022 ਦੇ ਵਿੱਚ ਭਾਰਤ ਦਾ ਸਥਾਨ ਸੀ 150ਵਾਂ ਤੇ ਹੁਣ ਭਾਰਤ ਦਾ ਜਿਹੜਾ ਸਥਾਨ ਆ ਉਹ ਫਿਰ ਤੋਂ ਹੇਠਾਂ ਡਿੱਗ ਪਿਆ ਠੀਕ ਹੈ ਤਾਂ ਜੇ ਅਸੀਂ ਗੱਲ ਕਰੀਏ ਇਸ ਲਿਸਟ ਦੇ ਵਿੱਚ ਵਰਲਡ ਪ੍ਰੈਸ ਫਰੀडम ਇੰਡੈਕਸ ਦੇ ਵਿੱਚ ਟੌਪ ਤੇ ਕੌਣ ਆ ਟੌਪ ਤੇ ਆ ਨਾਰਵੇ ਇਹ 180 ਦੇਸ਼ਾਂ ਦਾ ਇੰਡੈਕਸ ਆ ਜਿਹੜਾ ਜਾਰੀ ਕੀਤਾ ਗਿਆ ਵਾ ਠੀਕ ਹੈ ਤੇ ਇੰਡੀਆ ਇਸ ਦੇ ਵਿੱਚ 166ਵੇਂ ਨੰਬਰ ਤੇ ਰਿਹਾ ਇਹ ਤੁਸੀਂ ਯਾਦ ਰੱਖਣਾ ਨੈਕਸਟ ਹੈ ਹਾਲ ਹੀ ਵਿੱਚ ACC ਪੁਰਸਪ ਪ੍ਰੀਮੀਅਰ ਕੱਪ ਕਿਸ ਨੇ ਜਿੱਤਿਆ ਹਾਂਜੀ ACC ਪੁਰਸਪ ਪ੍ਰੀਮੀਅਰ ਕੱਪ ਜਿੱਤਿਆ ਨੇਪਾਲ ਨੇ UAE ਨੂੰ ਹਰਾ ਕੇ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣੇ ਨੇਪਾਲ ਨੇ ਜਿੱਤਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਨੇਪਾਲ ਨੇਪਾਲ ਦੀ ਕੈਪੀਟਲ ਕੀ ਆ ਕਾਟਮਾਂਡੂ ਇਥੋਂ ਦੀ ਕਰੰਸੀ ਆ ਨੇਪਾਲੀ ਰੁਪਇਆ ਇਥੋਂ ਦੇ ਪ੍ਰਾਈਮ ਮਿਨਿਸਟਰ ਆ ਪੁਸ਼ਪ ਕਮਲਦੇਵਲ ਪਰਚੰਡ ਇਥੋਂ ਦੇ ਪ੍ਰੈਜ਼ੀਡੈਂਟ ਆ ਰਾਮਚੰਦਰ ਪੋਂਡੇਲ ਨੇਪਾਲ ਵਿੱਚ ਜੀਤ ਗੜੀ ਤਿਉਹਾਰ ਮਨਾਇਆ ਗਿਆ ਨਾਰਾਇਣ ਪ੍ਰਸ਼ਾਦ ਸੋਦ ਨੇ ਨੇਪਾਲ ਦੇ ਨਵੇਂ ਵਿਦੇਸ਼ ਮੰਤਰੀ ਵਜੋਂ ਆਉਂਦਾ ਸੰਭਾਲਿਆ ਨੇਪਾਲ ਅੰਤਰਰਾਸ਼ਟਰੀ ਬਿਗ ਕੈਟ ਲਾਇੰਸ ਦਾ ਸੰਸਥਾਪਕ ਮੈਂਬਰ ਬਣਿਆ ਨੇਪਾਲ ਦੇ ਲਲਿਤਪੁਰ ਵਿੱਚ ਘੋੜਿਆਂ ਦਾ ਤਿਉਹਾਰ ਘੋੜੇ ਯਾਤਰਾ ਮਨਾਇਆ ਗਿਆ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਵਿਸ਼ਵ ਪ੍ਰੈਸ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਵਰਲਡ ਪ੍ਰੈਸ ਫਰੀडम ਦਿਵਸ ਜਿਹੜਾ ਇਹ ਕਦੋਂ ਮਨਾਇਆ ਗਿਆ ਤਾਂ ਇਹ ਮਨਾਇਆ ਗਿਆ 3 ਮਈ ਨੂੰ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹਾਂਜੀ ਪ੍ਰੈਸ ਦੀ ਸੁਤੰਤਰਤਾ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਹਰੇਕ ਸਾਲ ਵਰਲਡ ਪ੍ਰੈਸ ਫਰੀडम ਦੇ ਮਨਾਇਆ ਜਾਂਦਾ ਇਸ ਵਾਰ ਦੇ ਵਰਲਡ ਪ੍ਰੈਸ ਫਰੀडम ਦੇ ਦੀ ਥੀਮ ਕੀ ਹੈ ਸੇਵਿੰਗ ਅ ਫਿਊਚਰ ਆਫ ਰਾਈਟ ਫਰੀडम ਆਫ ਐਕਸਪ੍ਰੈਸ਼ਨਸ ਐਸ ਅ ਡਰਾਈਵਰ ਫਾਰ ਅਦਰ ਹਿਊਮਨਸ ਰਾਈਟਸ ਤੇ ਹੁਣ ਆਪਾਂ ਇੰਪੋਰਟੈਂਟ ਦਿਵਸ ਦੀ ਗੱਲ ਕੀਤੀ ਹੈ ਮਈ ਦੇ ਤਾਂ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਗਿਆ ਗੁਜਰਾਤ ਦਿਵਸ ਮਨਾਇਆ ਗਿਆ ਅਤੇ ਮਹਾਰਾਸ਼ਟਰ ਦਿਵਸ ਮਨਾਇਆ ਗਿਆ 2 ਮਈ ਨੂੰ ਵਿਸ਼ਵ ਦਮਾ ਦਿਵਸ ਮਨਾਇਆ ਗਿਆ ਤੇ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਹਾਂ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਹਾਲ ਹੀ ਵਿੱਚ ਭਾਰਤ ਅਤੇ ਕਿਸ ਦੇਸ਼ ਨੇ ਉਦਯੋਗਿਕ ਖੋਜ ਅਤੇ ਵਿਕਾਸ ਸਹਿਯੋਗ ਤੇ ਸਹਿਮਤੀ ਪੱਤੇ ਤੇ ਦਸਖਤ ਕੀਤੇ ਹਾਂਜੀ ਰੀਸੈਂਟਲੀ ਭਾਰਤ ਅਤੇ ਕਿਹੜੇ ਦੇਸ਼ ਨੇ ਉਦਯੋਗਿਕ ਖੋਜ ਅਤੇ ਵਿਕਾਸ ਸਹਿਯੋਗ ਤੇ ਸਹਿਮਤੀ ਪੱਤੇ ਤੇ ਦਸਖਤ ਕੀਤੇ ਆ ਤਾਂ ਇਹ ਕਿਤੇ ਆ ਇਜ਼ਰਾਈਲ ਨੇ ਆਪਸ਼ਨ A ਇਸ ザ ਰਾਈਟ ਆਨਸਰ ਹੁਣ ਇਜ਼ਰਾਈਲ ਨੇ ਕੀਤੇ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਇਜ਼ਰਾਈਲ ਇਜ਼ਰਾਈਲ ਦੀ ਕੈਪੀਟਲ ਆ ਯਰੂਸ਼ਲਮ ਇੱਥੋਂ ਦੀ ਕਰੰਸੀ ਆ ਇਜ਼ਰਾਈਲੀ ਨਿਊ ਸੇਕਲ ਇੱਥੋਂ ਦੇ ਪ੍ਰਾਈਮ ਮਿਨਿਸਟਰ ਆ ਬੈਂਜਾਮਿਨ ਨਿਤਨਯਾਹੁ ਇਜ਼ਰਾਈਲ ਨੇ ਨਮਾ OFEK 13 ਆਯਾਸੂ ਸੀ ਉਪਗ੍ਰਹਿ ਪੁਲਾੜ ਵਿੱਚ ਲਾਂਚ ਕੀਤਾ ਅਡਾਨੀ ਗਰੁੱਪ ਨੇ ਇਜ਼ਰਾਈਲ ਦੇ ਵਿੱਚ ਹਾਇਫਾ ਬੰਦਰਗਾਹ ਵਿਕਸਿਤ ਕੀਤਾ ਵਿਕਸਿਤ ਕੀਤੀ ਯੂਏਈ ਅਤੇ ਇਜ਼ਰਾਈਲ ਨੇ ਪਹਿਲੇ ਅਰਬ ਮੁਕਤ ਵਪਾਰ ਸਮਝੌਤੇ ਤੇ ਸਾਈਨ ਕੀਤੇ ਇਜ਼ਰਾਈਲ ਨੇ ਨਵੀਂ ਜਲ ਸੈਨਾ ਹਵਾਈ ਰੱਖਿਆ ਪ੍ਰਣਾਲੀ ਸੀਡੋਮ ਦਾ ਪ੍ਰੀਖਣ ਕੀਤਾ ਨੈਕਸਟ ਹੈ ਵਿਹਾਰ ਤੋਂ ਬਾਅਦ ਹਾਲ ਹੀ ਵਿੱਚ ਕਿਸ ਰਾਜ ਵਿੱਚ ਪਿਛੜਾ ਵਰਗ ਸਰਵੇਖਣ ਸ਼ੁਰੂ ਹੋਇਆ ਹਾਂਜੀ ਬੈਕਵਰਡ ਕਲਾਸ ਸਰਵੇ ਸ਼ੁਰੂ ਹੋ ਗਿਆ ਵਾ ਪਹਿਲਾਂ ਵਿਹਾਰ ਨੇ ਕੀਤਾ ਸੀ ਤੇ ਹੁਣ ਓਡੀਸ਼ਾ ਨੇ ਕੀਤਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣ ਆਪਾਂ ਉੜੀਸਾ ਦੀ ਗੱਲ ਕਰ ਰਹੇ ਹਾਂ ਤਾਂ ਉੜੀਸਾ ਦੇਖ ਸਕਦੇ ਹੋ ਪਹਿਲਾਂ ਤਾਂ ਤੁਸੀਂ ਮੈਪ ਦੇ ਵਿੱਚ ਉੜੀਸਾ ਉੜੀਸਾ ਦੀ ਕੈਪੀਟਲ ਕੀ ਹੈ ਭੁਵਨੇਸ਼ਵਰ ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਤਿੰਨ ਸੈਕਿੰਡ ਦੇਣੀ ਹੈ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਲਿਖਣ ਲਈ ਉੜੀਸਾ ਦੇ ਚੀਫ ਮਿਨਿਸਟਰ ਹਾਂਜੀ ਉੜੀਸਾ ਦੇ ਚੀਫ ਮਿਨਿਸਟਰ ਆ ਨਵੀਨ ਪਟਨਾਇਕ ਇੱਥੋਂ ਦੇ ਗਵਰਨਰ ਆ ਗਨੇਸ਼ੀਲਾ ਉੜੀਸਾ ਦੇ ਦਿਵਸ 1 ਅਪ੍ਰੈਲ ਨੂੰ ਮਨਾਇਆ ਜਾਂਦਾ ਉੜੀਸਾ ਦੇ ਵਿੱਚ ਨੰਦਨਕਰਨ نیشنل ਪਾਰਕ ਸਿੰਪਲੀ ਪਾਲ ਨੈਸ਼ਨਲ ਪਾਰਕ ਪੀਤ ਤਰਕਨੀਗਾ ਨੈਸ਼ਨਲ ਪਾਰਕਾ ਚਿਲਕਾ ਸੈਂਕਚੂਰੀ ਆ ਓਡੀਸਾ ਦੇ ਵਿੱਚ ਚਿਲਕਾ ਝੀਲ ਆ ਇਹ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਆ ਓਡੀਸਾ ਦੇ ਵਿੱਚ ਰੋਸੀ ਕੁਲੀਆ ਵੀਚਾ 골ਡਨ ਵੀਚਾ ਓਡੀਸਾ ਦੇ ਮੁੱਖ ਮੰਤਰੀ ਨੇ 5T ਸਕੂਲ ਪਰਿਵਰਤਨ ਦੇ ਪੜਾਅ ਦੇ ਤੀਜੀ ਸਟੇਜ ਦੀ ਸ਼ੁਰੂਆਤ ਕੀਤੀ ਆ ਓਡੀਸਾ ਦੇ ਮੁੱਖ ਮੰਤਰੀ ਨੇ ਭਾਰਤ ਦਾ ਪਹਿਲਾ ਹੈਵੀ ਲਿਫਟ ਲੋਜਿਸਟਿਕ ਡਰੋਨ ਲਾਂਚ ਕੀਤਾ ਉਡੀਸਾ ਪੁਵਨੇਸ਼ਵਰ ਵਿੱਚ ਇੰਟਰਕੰਟੀਨੈਂਟਲ ਫੁੱਟਵਾਲ ਕੱਪ ਦੀ ਮੇਜ਼ਬਾਨੀ ਕਰੇਗਾ ਗੰਦਾਮਰਦਨ ਪਹਾੜੀ ਰੇਂਜ ਨੂੰ ਉਡੀਸਾ ਸਰਕਾਰ ਦੁਆਰਾ ਜੈ ਭੁਵਿੰਨਤਾ ਵਿਰਾਸਤੀ ਸਥਾਨ ਘੋਸ਼ਿਤ ਕੀਤਾ ਗਿਆ 1300 ਸਾਲ ਪੁਰਾਣਾ ਬੋਧਿਕ ਗ੍ਰੰਥ ਉਡੀਸਾ ਦੇ ਵਿੱਚ ਮਿਲਿਆ ਨੈਕਸਟ ਹੈ ਹਾਲ ਹੀ ਵਿੱਚ ਬੈਂਕ ਆਫ ਵੜੋਦਾ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਕਿਸ ਨੂੰ ਚੁਣਿਆ ਗਿਆ ਹਾਂਜੀ ਬੈਂਕ ਆਫ ਵੜੋਦਾ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਚੁਣਿਆ ਗਿਆ ਕਿੰਨਾ ਨੂੰ ਚੁਣਿਆ ਗਿਆ ਤਾਂ ਇਹ ਚੁਣੇ ਗਏ ਆ ਜੀ ਦੇਵਦਤ ਚੰਦਰ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹੁਣੇ ਬੈਂਕ ਆਫ ਵਡੋਦਾ ਦੇ ਚੁਣੇ ਗਏ ਆ ਤਾਂ ਬੈਂਕ ਆਫ ਵਡੋਦਾ ਦੀ ਸਥਾਪਨਾ ਕਦੋਂ ਹੋਈ 1908 ਦੇ ਵਿੱਚ ਇਸ ਦਾ ਹੈੱਡਕੁਆਰਟਰ ਵਡੋਦਰਾ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਜ਼ ਦੇ ਡਾਇਰੈਕਟਰ ਤਾਂ ਇਹੀ ਬਣ ਗਏ ਨੇ ਦੇਵਦਤ ਚੰਦਰ ਹੁਣ ਆਪਾਂ ਫਿਰ ਤੋਂ ਇੱਕ ਅਪੁਆਇੰਟਮੈਂਟ ਦੀ ਗੱਲ ਕੀਤੀ ਆ ਤਾਂ ਪੰਕਜ ਸਿੰਘ ਨੂੰ ਸਾਈਕਲਿੰਗ ਫੈਡਰੇਸ਼ਨ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹਰੀ ਹਰ ਮਿਸਰਾ ਐਸੋਸੀਏਸ਼ਨ ਆਫ ਐਸੈਟ ਰੀਕਨਸਟਰਕਸ਼ਨਸ ਕੰਪਨੀਆਂਜ਼ ਦੇ ਸੀਈਓ ਬਣੇ ਆਨੰਤ ਮਹੇਸ਼ਵਰੀ ਨੂੰ ਨਾਸਕੋਮ ਦਾ ਚੇਅਰਮੈਨ ਚੁਣਿਆ ਗਿਆ ਸ਼ਾਂਤਨੂ ਰਾਏ ਨੂੰ ਬੀਈਐਮਐਲ ਲਿਮਟਿਡ ਦਾ ਸੀਐਮਡੀ ਚੁਣਿਆ ਗਿਆ ਇਹ ਮਾਧਵ ਰਾਉ ਨੂੰ ਭਾਰਤੀ ਡਾਇਨਾਮਿਕਸ ਲਿਮਟਿਡ ਦੇ ਸੀਐਮਡੀ ਚੁਣਿਆ ਗਿਆ ਨੈਕਸਟ ਹੈ ਜੀ ਹਾਲ ਹੀ ਵਿੱਚ ਅੰਤਰਰਾਸ਼ਟਰੀ ਮਾਸਟਰਸ ਖਿਤਾਬ ਜਿੱਤਣ ਵਾਲੀ 11ਵੀਂ ਮਹਿਲਾ ਕੌਣ ਬਣੀ ਹਾਂਜੀ ਅੰਤਰਰਾਸ਼ਟਰੀ ਮਾਸਟਰਸ ਖਿਤਾਬ ਜਿੱਤਣ ਵਾਲੀ 11ਵੀਂ ਮਹਿਲਾ ਬਣੀ ਹੈ ਵੰਤਿਕਾ ਅਗਰਵਾਲ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਜੇਲ੍ਹ ਵਿੱਚ ਬੰਦ ਕਿਸ ਦੇਸ਼ ਦੀਆਂ ਤਿੰਨ ਮਹਿਲਾ ਪੱਤਰਕਾਰਾਂ ਨੇ ਦੇਸ਼ ਦਾ ਚੋਟੀ ਦਾ ਪੁਰਸਕਾਰ ਜਿੱਤੇ ਆ ਹਾਂਜੀ ਜੇਲ੍ਹ ਵਿੱਚ ਬੰਦ ਈਰਾਨ ਦੇਸ਼ ਦੀਆਂ ਤਿੰਨ ਮਹਿਲਾ ਪੱਤਰਕਾਰਾਂ ਨੇ ਦੇਸ਼ ਦਾ ਚੋਟੀ ਦਾ ਪੁਰਸਕਾਰ ਜਿੱਤੇ ਆ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਈਰਾਨ ਹੁਣ ਦੇਖੋ ਸਭ ਤੋਂ ਪਹਿਲਾਂ ਤਾਂ ਤੁਹਾਡੇ ਮਾਈਂਡ ਦੇ ਵਿੱਚ ਇਹ ਜ਼ਰੂਰ ਆਉਂਦਾ ਹੋਣਾ ਕਿ ਤਿੰਨ ਮਹਿਲਾਵਾਂ ਹੈ ਕੌਣਾਂ ਇਹਨਾਂ ਦੇ ਨਾਮ ਹਨ ਨੀਲੂਫਾਰ ਹਮਦੀ ਇਲਾਹੇ ਮੁਹੰਮਦੀ ਐਂਡ ਨਰਗੇਸ ਮੁਹੰਮਦੀ ਇਹਨਾਂ ਤਿੰਨਾਂ ਨੇ ਜੇਲ੍ਹ ਦੇ ਵਿੱਚ ਬੰਦ ਹ ਤੇ ਇਹਨਾਂ ਨੇ ਜੇਲ੍ਹ ਦੇ ਵਿੱਚ ਬੰਦ ਤਿੰਨਾਂ ਮਹਿਲਾਵਾਂ ਨੇ ਚੋਟੀ ਦਾ ਪੁਰਸਕਾਰ ਜਿੱਤਿਆ ਵਾ ਤੇ ਇਹਨਾਂ ਨੇ ਯੂਨੈਸਕੋ ਦਾ ਸਭ ਤੋਂ ਵੱਡਾ ਪੁਰਸਕਾਰ ਜਿੱਤੇ ਆ ਯੂਨੈਸਕੋ ਆ ਜਿਹੜਾ ਇਹ ਵਰਲਡ ਫਰੀडम ਪ੍ਰਾਈਜ਼ ਪ੍ਰੋਵਾਈਡ ਕਰਦਾ ਵਾ ਤੇ ਹੁਣ ਯੂਨੈਸਕੋ ਨੇ ਵਰਲਡ ਫਰੀडम ਪ੍ਰਾਈਜ਼ ਪ੍ਰੈਸ ਦਾ ਨਾਮ ਬਦਲ ਕੇ ਗਿਲਰਮੋ ਕੈਨੋ ਅਵਾਰਡ ਕਰ ਦਿੱਤਾ ਗਿਲਰਮੋ ਕੈਨੋ ਇੱਕ ਕੋਲੰਬੀਅਨ ਪੱਤਰਕਾਰ ਸੀ ਇਹਨਾਂ ਦੀ 1986 ਦੇ ਵਿੱਚ ਹੱਤਿਆ ਕਰ ਦਿੱਤੀ ਗਈ ਸੀ ਠੀਕ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੁਆਰਾ ਲਿਖੀ ਗਈ ਕਿਤਾਬ ਮੇਡ ਇਨ ਇੰਡੀਆ 75 ইয়ারਸ ਆਫ বিজনেস ਐਂਡ ਐਂਟਰਪ੍ਰਾਈਜ਼ ਰਿਲੀਜ਼ ਕੀਤੀ ਗਈ ਹਾਂਜੀ ਰੀਸੈਂਟਲੀ ਮੇਡ ਇਨ ਇੰਡੀਆ 75 ইয়ারਸ ਆਫ বিজনেস ਐਂਡ ਐਂਟਰਪ੍ਰਾਈਜ਼ ਬੁੱਕ ਰਿਲੀਜ਼ ਹੋਈ ਹੈ ਇਹ ਲਿਖੀ ਗਈ ਹੈ ਅਮਿਤ ਅਮਿਤਾਵ ਕਾਂਤ ਦੁਆਰਾ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਬੁੱਕ ਦੀ ਗੱਲ ਆ ਸਮੂਖ ਐਂਡ ਐਸੇਜ਼ ਨਾਂ ਦੀ ਕਿਤਾਬ ਅਮਿਤਾਵ ਕੋਸ਼ ਦੁਆਰਾ ਲਿਖੀ ਗਈ आशीष गोंद्रा ਦੁਆਰਾ A Resurgent Northeast Narratives of Change ਨਾਮੀ ਕਿਤਾਬ ਲਿਖੀ ਗਈ ਵਾਰੀਆ ਮਜ਼ੂਮਦਾਰ ਦੁਆਰਾ ਲਿਖੀ ਗਈ ਕਿਤਾਬ ਦਾ ਨਾਮ ਆ ਸੱਚੀ ਨੈਟ ਦੀ ਰੇਟ 50 ਸੈਲੀਬ੍ਰੇਟਿੰਗ A Maestro ਰਿਲੀਜ਼ ਕੀਤੀ ਗਈ ਹਾਲ ਹੀ ਵਿੱਚ ਕੈਂਟਾਸ 에ਅਰਵੇਜ਼ ਲਿਮਿਟਿਡ ਦੇ ਨਵੇਂ ਸੀਈਓ ਵਜੋਂ ਕਿਸ ਨੂੰ ਪੁਆਇੰਟ ਕੀਤਾ ਗਿਆ ਹਾਂਜੀ ਕੈਂਟਾਸ 에ਅਰਵੇਜ਼ ਲਿਮਿਟਿਡ ਦੇ ਨਵੇਂ ਸੀਈਓ ਵਜੋਂ ਪੁਆਇੰਟ ਹੋਇਆ ਕੌਣ ਹੋਇਆ ਜੀ ਤਾਂ ਇਹ ਹੋਇਆ ਵੈਨੇਸਾ ਹੈਡਰਸ ਹਡਸਨ অপਸ਼ਨ A ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਕਿਸ ਭੁਗਤਾਨ ਬੈਂਕ ਨੇ ਹਾਲ ਹੀ ਵਿੱਚ NPCI ਨਾਲ ਸਹਿਯੋਗ ਕੀਤਾ ਹਾਂਜੀ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਦੇ ਨਾਲ ਸਹਿਯੋਗ ਕੀਤਾ ਵਾ Airtel ਪੇਮੈਂਟ ਬੈਂਕ ਨੇ অপਸ਼ਨ C ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਵਿਸ਼ਵ ਸੁਨੂਕਰ ਚੈਂਪੀਅਨਸ਼ਿਪ ਦਾ ਕਿਤਾਬ ਕਿਸ ਨੇ ਜਿੱਤੇ ਆ ਹਾਂਜੀ ਵਿਸ਼ੋ ਸਨੂਕਰ ਚੈਂਪੀਅਨਸ਼ਿਪ ਦਾ ਕਿਤਾਬ ਜਿੱਤਿਆ ਹੈ ਲੁਕਾ ਬ੍ਰੈਸਲ ਨੇ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਤੇ ਹੁਣ ਆਪਾਂ ਰੀਸੈਂਟਲੀ ਇੱਕ ਅਵਾਰਡ ਦੀ ਗੱਲ ਕੀਤੀ ਹੈ ਤਾਂ ਦਲਾਈ ਲਾਮਬਾ ਨੂੰ 64 ਸਾਲਾਂ ਬਾਅਦ ਨਿੱਜੀ ਤੌਰ ਤੇ ਰੈਮਨ ਮੈਗਸੇ ਅਵਾਰਡ ਮਿਲਿਆ ਵਿਦਿਆਵਾਲਨ ਨੂੰ ਲਤਾ ਦਿਨਾਨਾਥ ਮੰਗੇ ਸ਼ੰਕਰ ਪੁਰਸਕਾਰ ਮਿਲਿਆ ਦੀਪਿਕਾ ਮਿਸਰਾ ਬਹਾਦਰੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਆਈਐਫ ਅਧਿਕਾਰੀ ਬਣੀ ਉਤਸਾ ਪਟਨਾਇਕ ਨੂੰ ਮੈਲਕਨ ਅਡਿਸ਼ੀਆ ਅਵਾਰਡ 2023 ਨਾਲ ਸਨਮਾਨਿਤ ਕੀਤਾ ਗਿਆ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ